ਤੁਸੀਂ ਦੇਖ ਰਹੇ ਹੋ ਪਬਲਿਕ ਸਪੋਰਟ ਨਿਊਜ਼ ਫੋਕਸ ਤਾਂ ਮੈਂ ਤੁਹਾਡੇ ਨਾਲ ਪੂਜਾ ਰਾਣੀ ਅੱਜ ਅਸੀਂ ਆਏ ਹਾਂ ਹਲਕਾ ਉੜਮੋ ਟਾਂਡਾ ਦੇ ਵੇਟ ਇਲਾਕੇ ਵਿੱਚ ਜਿੱਥੇ ਕਿ ਅਸੀਂ ਵੋਟਰਾਂ ਨਾਲ ਗੱਲਬਾਤ ਕਰਦੇ ਹਾਂ ਤਾਂ ਉਹਨਾਂ ਕੋਲ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦਾ ਸਿਆਸੀ ਮੂਡ ਕੀ ਹੈ ਅਤੇ ਉਹ ਕਿਹੜੇ ਨਵੇਂ ਚਿਹਰੇ ਨੂੰ MLA ਦੇ ਰੂਪ ਦੇ ਵਿੱਚ ਦੇਖਣਾ ਚਾਹੁੰਦੇ ਹਨ ਅਤੇ ਆਓ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਗਵਰਨਮੈਂਟ ਸਕੂਲ ਜਿਹੜੇ ਨੇ ਉਹਨਾਂ ਦੀ ਕੰਡੀਸ਼ਨ ਬੜੀ ਖਰਾਬ ਹੈ, ਮੈਡੀਕਲ ਦੀ ਖਰਾਬ ਹੈ। ਅਸੀਂ ਕੋਈ ਗੱਲ ਕਹਾਂਗੇ ਕਿ ਸਾਨੂੰ ਕੁਝ ਚੇਂਜ ਆ ਜਾਏ ਅਤੇ ਦੁਨੀਆ ਕੋਲ ਸੁਧਾਰ ਹੋਵੇ। ਜੋ ਇੱਥੇ ਦੇ ਹੁਣ ਹਾਲਾਤ ਆ ਦੇਖੋ, ਸੜਕਾਂ ਦਾ ਹਾਲ, ਠੀਕ ਹੈ, ਕੋਈ ਹਾਲ ਨਹੀਂ ਹੈਗਾ। ਅਸੀਂ ਤਾਂ ਕਹਾਂਗੇ ਜ਼ਰੂਰ ਚੇਂਜ, ਕਿਉਂਕਿ ਉਹ ਜਿਹੜੇ ਕਾਰਜਕਾਲ ਉਹਨਾਂ ਦੇ ਕੰਮ ਬਹੁਤ ਵਧੀਆ, ਉਹਨਾਂ ਨੇ ਪਿੰਡਾਂ 'ਚ ਤੁਸੀਂ ਦੇਖ ਸਕਦੇ ਹੋ ਬਹੁਤ ਵਿਕਾਸ ਕੀਤਾ। ਸਾਡਾ 25 ਸਾਲ ਬਾਅਦ ਸਾਡੇ ਪਿੰਡ 'ਚ ਉਹਨਾਂ ਦੇ ਰਾਹੀਂ ਵਿਕਾਸ ਹੋਇਆ ਅਤੇ ਅਸੀਂ ਉਹਨਾਂ ਨੂੰ ਹੀ ਆਪਣੇ ਹਲਕੇ 'ਚ MLA ਦੇ ਤੌਰ 'ਤੇ ਦੇਖਣ ਦੇ ਸਰ। ਹਾਂਜੀ ਸਰ, MLA ਦੇ ਰੂਪ ਦੇ ਵਿੱਚ ਤੁਸੀਂ ਕਿਹਨਾਂ ਨੂੰ ਦੇਖਣਾ ਚਾਹੁੰਦੇ ਹੋ? ਆਮ ਆਦਮੀ ਪਾਰਟੀ ਨੂੰ। ਤੁਸੀਂ ਆਮ ਆਦਮੀ ਪਾਰਟੀ ਨੂੰ ਹੀ ਕਿਉਂ ਦੇਖਣਾ ਚਾਹੁੰਦੇ ਹੋ? ਕਿਉਂਕਿ ਉਹਨਾਂ ਦੇ ਕੰਮ ਦਿੱਲੀ ਦੇ ਵਿੱਚ ਬਹੁਤ ਵਧੀਆ ਕੰਮ ਹੋਏ ਨੇ। ਇੱਥੇ ਸਕੂਲ, ਗਵਰਨਮੈਂਟ ਸਕੂਲ ਜਿਹੜੇ ਨੇ ਉਹਨਾਂ ਦੀ ਕੰਡੀਸ਼ਨ ਬੜੀ ਖਰਾਬ ਹੈ, ਮੈਡੀਕਲ ਦੀ ਖਰਾਬ ਹੈ, ਹੋਰ ਸਾਰੀਆਂ ਫੈਸਿਲਿਟੀਆਂ ਜਿਹੜੀਆਂ ਨੇ ਉਹ ਦਿੱਲੀ ਦੇ ਵਿੱਚ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਕਰ ਰਹੀ ਹੈ, ਉਹ ਇੱਥੇ 70 ਸਾਲਾਂ ਤੋਂ ਪੰਜਾਬ ਦੇ ਵਿੱਚ ਪੂਰਾ ਗੜਬੜ ਹੋ ਰਹੀ ਹੈ ਸਾਰੀ। ਅਸੀਂ ਚਾਹੁੰਦੇ ਹਾਂ ਕਿ ਅੱਗੇ ਤੋਂ ਥੋੜ੍ਹਾ ਸੁਧਾਰ ਹੋ ਜਾਵੇ ਪਿੰਡ ਪੰਜਾਬ ਦੇ ਵਿੱਚ। ਅੰਕਲ ਜੀ, ਤੁਸੀਂ MLA ਦੇ ਰੂਪ ਦੇ ਵਿੱਚ ਕਿਹਨਾਂ ਨੂੰ ਦੇਖਣਾ ਚਾਹੁੰਦੇ ਹੋ? ਫਿਲਹਾਲ ਤਾਂ ਸਾਡੇ ਇਲਾਕੇ ਦਾ ਇੱਕ ਸੰਗਤ ਸਿੰਘ ਹੀ ਹੈ, ਹੈ ਨਾ, ਤਾਂ ਸੰਗਤ ਸਿੰਘ ਨੂੰ ਵੋਟਾਂ ਦੇ। ਤੁਸੀਂ ਉਹਨਾਂ ਨੂੰ ਵੋਟ ਪਾਉਣਾ ਚਾਹੁੰਦੇ ਹੋ? ਬਿਲਕੁਲ। ਤੁਸੀਂ ਉਹਨਾਂ ਨੂੰ ਵੋਟ ਕਿਉਂ ਪਾਉਣਾ ਚਾਹੁੰਦੇ ਹੋ? ਕਿਉਂਕਿ ਸਾਡਾ ਸੁਧਾਰ ਵੀ ਉਹਨਾਂ ਨੇ ਕੀਤਾ ਸੀ। ਹਾਂਜੀ ਸਰ, MLA ਦੇ ਰੂਪ ਦੇ ਵਿੱਚ ਤੁਹਾਡਾ ਪਸੰਦੀਦਾ ਚਿਹਰਾ ਕਿਹੜਾ ਹੈ? ਇੱਥੇ ਤੇ ਜੀ ਸਰਦਾਰ ਲਖਵਿੰਦਰ ਸਿੰਘ ਲੱਖੀ ਹੈ। ਤੁਸੀਂ ਉਹਨਾਂ ਨੂੰ MLA ਦੇ ਰੂਪ ਦੇ ਵਿੱਚ ਕਿਉਂ ਦੇਖਣਾ ਚਾਹੁੰਦੇ ਹੋ? ਕਿਉਂਕਿ ਪਹਿਲੇ ਸੰਗਤ ਸਿੰਘ ਬੰਦਾ ਰਿਹਾ, ਉਹਨੇ ਕੋਈ ਕੰਮ ਇੰਨੇ ਕੀਤੇ ਨਹੀਂ ਹੈਗੇ ਅਤੇ ਇਸ ਟਾਈਮ ਜਿਹੜਾ ਨਾ ਸਾਰੇ ਹੀ ਪਿੰਡ ਦੇ ਵਿੱਚ ਇਹਨਾਂ ਨੂੰ ਹੀ ਵੋਟ ਪਾਉਣ ਦਾ ਸੋਚਦੇ ਪਏ ਹਾਂ ਕਿ ਕੁਛ ਅੱਗੂ ਕਰਨਗੇ। ਉੱਦਾਂ ਦੇ ਆਮ ਆਦਮੀ ਪਾਰਟੀ ਨੇ ਹੀ ਜਿੱਤਣਾ। ਹਾਂਜੀ ਸਰ, ਤੁਸੀਂ MLA ਦੇ ਰੂਪ ਦੇ ਵਿੱਚ ਕਿਹਨਾਂ ਨੂੰ ਦੇਖਣਾ ਚਾਹੁੰਦੇ ਹੋ? ਮੈਂ ਟਾਂਡੇ ਓੜਮਾ ਦੇ ਵਿੱਚ ਸਰਦਾਰ ਲਖਵਿੰਦਰ ਸਿੰਘ ਲੱਖੀ, ਜੋ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਨੇ, ਉਹਨਾਂ ਨੂੰ ਦੇਖਣਾ ਚਾਹੁੰਦਾ। ਤੁਸੀਂ ਉਹਨਾਂ ਨੂੰ ਕਿਉਂ ਦੇਖਣਾ ਚਾਹੁੰਦੇ ਹੋ? ਉਹ ਬਹੁਤ ਇਮਾਨਦਾਰ ਅਤੇ ਸੂਝਵਾਨ ਨੇ ਅਤੇ ਨੌਜਵਾਨ ਜੰਗ ਆਦਮੀ ਨੇ, ਮੈਂ ਇਸ ਕਰਕੇ ਉਹਨਾਂ ਦੀ ਸਪੋਰਟ ਕਰਨਾ। ਵੋਟ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਲਖਵਿੰਦਰ ਸਿੰਘ ਲੱਖੀ ਨੂੰ। ਤੁਸੀਂ ਉਹਨਾਂ ਨੂੰ ਵੋਟ ਕਿਉਂ ਪਾਉਣਾ ਚਾਹੁੰਦੇ ਹੋ? ਵੋਟ ਤਾਂ ਪਾਉਣਾ ਚਾਹੁੰਦੇ ਹਾਂ ਵੀ ਇੱਕ ਤਾਂ ਪੜ੍ਹਿਆ ਲਿਖਿਆ ਸੂਝਵਾਨ ਹੈ, ਇੱਕ ਪਹਿਲਾਂ ਵੀ ਕਾਫੀ ਆ ਸਾਡੇ ਬੈਕਵਰਡ ਕਲਾਸ ਦੇ ਚੇਅਰਮੈਨ ਰਹੇ ਨੇ ਅਤੇ ਸਿਆਣੇ ਅਤੇ ਸੁਲਝੇ ਨੇ ਅਤੇ ਇਮਾਨਦਾਰ ਬੰਦੇ ਨੇ। ਅੰਕਲ ਜੀ, ਤੁਸੀਂ MLA ਦੇ ਰੂਪ ਦੇ ਵਿੱਚ ਕਿਹਨਾਂ ਨੂੰ ਦੇਖਣਾ ਚਾਹੁੰਦੇ ਹੋ? ਮੈਂ ਲਖਵਿੰਦਰ ਸਿੰਘ ਲੱਖੀ ਨੂੰ ਦੇਖਣਾ ਚਾਹੁੰਦਾ। ਤੁਸੀਂ ਉਹਨਾਂ ਨੂੰ ਵੀ ਕਿਉਂ ਦੇਖਣਾ ਚਾਹੁੰਦੇ ਹੋ? ਯੰਗ ਮੁੰਡਾ ਜੀ, ਦੇਖੋ ਭਾਵੇਂ ਫਸਟ ਟਾਈਮ ਆ ਰਿਹਾ, ਫਸਟ ਟਾਈਮ ਜਿਹੜਾ ਵੀ ਆਏਗਾ ਉਹ ਕੁਝ ਨਾ ਕੁਝ ਕੰਮ ਕਰੇਗਾ, ਇਲਾਕੇ ਲਈ ਕੰਮ ਕਰੇਗਾ, ਆਪਣਾ ਸਾਡੇ ਪਿੰਡ ਲਈ ਕੰਮ ਕਰੇਗਾ, ਇਸ ਕਰਕੇ ਚਲੋ ਉਹਨੂੰ ਮੌਕਾ ਦੇਣ ਲੱਗਿਆ ਵੀ ਦੇਖੋ ਨਵਾਂ ਬੰਦਾ, ਪੁਰਾਣਿਆਂ ਤੋਂ ਦੇਖਿਆ ਹੀ ਹੁੰਦਾ, ਨਵੇਂ ਬੰਦੇ ਨੂੰ ਮੌਕਾ ਦੇਣਾ ਚਾਹੀਦਾ। ਅੰਕਲ ਜੀ, ਤੁਸੀਂ MLA ਦੇ ਰੂਪ ਦੇ ਵਿੱਚ ਕਿਹਨਾਂ ਨੂੰ ਦੇਖਣਾ ਚਾਹੁੰਦੇ ਹੋ? ਅਸੀਂ ਚਾਹੁੰਦੇ ਹਾਂ ਵੀ ਸਾਡੇ ਇਲਾਕੇ ਦੇ ਵਿੱਚ ਸਰਦਾਰ ਸੰਗਤ ਸਿੰਘ ਜਿਹੜੇ ਨੇ ਉਹ ਹੀ ਦੁਬਾਰਾ ਫਿਰ ਆਉਣ। ਆਂਟੀ ਜੀ, ਤੁਸੀਂ MLA ਦੇ ਰੂਪ ਦੇ ਵਿੱਚ ਕਿਹਨਾਂ ਨੂੰ ਦੇਖਣਾ ਚਾਹੁੰਦੇ ਹੋ? ਮਨਜੀਤ ਸਿੰਘ ਨੂੰ ਬੇਟਾ। ਤੁਸੀਂ ਉਹਨਾਂ ਨੂੰ ਹੀ ਕਿਉਂ ਦੇਖਣਾ ਚਾਹੁੰਦੇ ਹੋ? ਵੋਟ 'ਤੇ ਕਿਸੇ ਨੂੰ ਪਾਉਣੀ ਹੈ ਨਾ, ਅਸੀਂ ਐਤਕਾਂ ਸਾਡੀ ਇੱਧਰ ਹੀ ਸਲਾਹ ਇਹਨਾਂ ਨੂੰ। ਅੰਕਲ ਜੀ, MLA ਦੇ ਰੂਪ ਦੇ ਵਿੱਚ ਤੁਸੀਂ ਕਿਹਨਾਂ ਨੂੰ ਦੇਖਣਾ ਚਾਹੁੰਦੇ ਹੋ? ਅਸੀਂ ਲਖਵਿੰਦਰ ਸਿੰਘ ਲੱਖੀ ਨੂੰ। ਤੁਸੀਂ ਉਹਨਾਂ ਨੂੰ ਹੀ ਕਿਉਂ ਦੇਖਣਾ ਚਾਹੁੰਦੇ ਹੋ? ਹਾਂਜੀ, ਅਸੀਂ ਬਦਲਾਅ ਚਾਹੁੰਦੇ ਹਾਂ। ਤੁਸੀਂ ਅੰਕਲ ਜੀ? ਅਸੀਂ ਵੀ ਬਦਲਾਅ ਚਾਹੁੰਦੇ ਹਾਂ ਜੀ, ਜਿਹੜਾ ਵੀ ਤਰੱਕੀ ਕਰੇ, ਤਰੱਕੀ ਵਾਸਤੇ ਯਾਨੀ ਕਿ ਜਿਹੜਾ ਹਰ ਵਾਸਤੇ ਯਾਨੀ ਕਿ ਸੋਚੇ ਕਹਿਣ ਦਾ ਮਤਲਬ, ਇਹਦਾ ਕਰਕੇ ਉਹ ਜਿਹੜੀ ਲੱਖੀ ਜੋ ਉਹਨੂੰ ਹਰ ਇੱਕ ਨੂੰ ਪਹਿਲੀ ਵਾਰੀ ਮੌਕਾ ਜਿਹੜਾ ਮਿਲਣਾ ਚਾਹੀਦਾ। ਆਂਟੀ ਜੀ, ਇਸ ਵਾਰ ਤੁਸੀਂ ਵੋਟ ਕਿਹਨਾਂ ਨੂੰ ਪਾਉਣੀ ਹੈ? ਲਖਵਿੰਦਰ ਸਿੰਘ ਲੱਖੀ ਨੂੰ ਪਾਵਾਂਗੇ, ਸਾਡੇ ਪਾਸੇ ਦੇ ਨੇ, ਸਾਡੇ ਹਲਕੇ ਦੇ ਨੇ। ਹਾਂਜੀ, ਵਧੀਆ ਬੰਦੇ, ਨਾਈਸ ਨੇ। ਅੰਕਲ ਜੀ, ਤੁਸੀਂ ਕਿਹਨਾਂ ਨੂੰ ਵੋਟ ਪਾਉਣੀ ਹੈ? ਮੈਂ ਝਾੜੂ ਕੋ ਪਾਉਣੀ ਆ। ਤੁਸੀਂ ਝਾੜੂ ਨੂੰ ਹੀ ਵੋਟ ਕਿਉਂ ਪਾਉਣੀ ਹੈ? ਹਾਂ, ਹਮ ਦਿੱਲੀ ਰਹਿੰਦੇ ਹਾਂ, ਉੱਥੇ ਸਭ ਸਹੂਲਤਾਂ ਕਰ ਰੱਖੀਆਂ ਉਹਨੇ। ਹੋਰ ਹਾਥੀ, ਤੁਸੀਂ ਹਾਥੀ ਨੂੰ ਵੋਟ ਪਾਉਣੀ ਹੈ? ਹਾਂਜੀ ਜੀ। MLA ਦੇ ਰੂਪ ਦੇ ਵਿੱਚ ਤੁਸੀਂ ਕਿਹਨਾਂ ਨੂੰ ਦੇਖਣਾ ਚਾਹੁੰਦੇ ਹੋ? ਅਸੀਂ ਆਪਣੇ ਹਲਕੇ 'ਚ ਸੰਗਤ ਸਿੰਘ ਗਿੱਲ ਜੀ ਨੂੰ ਦੇਖਣਾ ਚਾਹੁੰਦੇ ਹਾਂ, ਕਿਉਂਕਿ ਉਹ ਜਿਹੜੇ ਕਾਰਜਕਾਲ ਉਹਨਾਂ ਦੇ ਕੰਮ ਬਹੁਤ ਵਧੀਆ, ਉਹਨਾਂ ਨੇ ਪਿੰਡਾਂ 'ਚ ਤੁਸੀਂ ਦੇਖ ਸਕਦੇ ਹੋ ਬਹੁਤ ਵਿਕਾਸ ਕੀਤਾ। ਸਾਡਾ 25 ਸਾਲ ਬਾਅਦ ਸਾਡੇ ਪਿੰਡ 'ਚ ਉਹਨਾਂ ਦੇ ਰਾਹੀਂ ਵਿਕਾਸ ਹੋਇਆ ਅਤੇ ਅਸੀਂ ਉਹਨਾਂ ਨੂੰ ਹੀ ਆਪਣੇ ਹਲਕੇ 'ਚ MLA ਦੇ ਤੌਰ 'ਤੇ ਦੇਖਣਾ ਚਾਹੁੰਦੇ, ਸੰਗਤ ਸਿੰਘ ਗਿੱਲ ਜੀ, ਅਤੇ ਅਸੀਂ ਸਾਰਾ ਪਿੰਡ ਹੀ ਉਹਨਾਂ ਨੂੰ ਵੋਟ ਪਾਵਾਂਗੇ। ਅੰਕਲ ਜੀ, MLA ਦੇ ਰੂਪ ਦੇ ਵਿੱਚ ਤੁਸੀਂ ਕਿਹਨਾਂ ਨੂੰ ਦੇਖਣਾ ਚਾਹੁੰਦੇ ਹੋ? ਜਸਵੀਰ ਸਿੰਘ ਰਾਜਾ ਜੀ।
ਤੁਸੀਂ ਉਹਨਾਂ ਨੂੰ ਹੀ ਕਿਉਂ ਦੇਖਣਾ ਚਾਹੁੰਦੇ ਹੋ? ਦੇਖੋ ਜੀ, ਚੇਂਜ ਚਾਹੀਦੀ ਆ। ਬੜੇ ਸਾਲ ਪਾਏ ਇਹਨਾਂ ਨੂੰ, ਬਹੁਤ ਸਾਲ ਹੋ ਗਏ ਵੋਟਾਂ ਪਾਉਂਦਿਆਂ ਨੂੰ ਸਾਨੂੰ। ਸਾਡੀ ਵੀ ਤਕਰੀਬਨ 60 ਸਾਲ ਉਮਰ ਹੋ ਗਈ ਆ, ਅਤੇ ਅਸੀਂ ਵੀ ਇਹਨਾਂ ਨੂੰ ਵੋਟਾਂ ਪਾਉਂਦੇ ਆਏ ਹਾਂ, ਜਿਉਂ ਸਾਡੀਆਂ ਵੋਟਾਂ ਬਣੀਆਂ। ਅਤੇ ਅਸੀਂ ਤਾਂ ਇਹ ਗੱਲ ਕਹਾਂਗੇ ਕਿ ਸਾਨੂੰ ਥੋੜ੍ਹੀ ਚੇਂਜ ਆ ਜਾਏ, ਅਤੇ ਦੁਨੀਆ ਦਾ ਕੁਛ ਸੁਧਾਰ ਹੋਵੇ। ਜੋ ਇੱਥੇ ਦੇ ਹੁਣ ਹਾਲਾਤ ਆ, ਦੇਖੋ ਸੜਕਾਂ ਦਾ ਹਾਲ, ਠੀਕ ਆ ਜੀ, ਕੋਈ ਹਾਲ ਨਹੀਂ ਇੱਥੇ ਹੈਗਾ। ਅਸੀਂ ਤਾਂ ਕਹਾਂਗੇ ਜ਼ਰੂਰ ਚੇਂਜ ਚਾਹੀਦੀ ਆ। ਦੀਦੀ ਜੀ, ਇਸ ਵਾਰੀ ਤੁਸੀਂ ਕਿਹਨਾਂ ਨੂੰ ਵੋਟ ਪਾਉਣਾ ਚਾਹੁੰਦੇ ਹੋ? ਅਸੀਂ ਇਸ ਵਾਰ ਜੀ ਝਾੜੂ ਨੂੰ ਵੋਟ ਪਾਉਣਾ ਚਾਹੁੰਦੇ ਹਾਂ। ਹਾਂਜੀ ਸਰ, ਤੁਸੀਂ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਮੈਂ ਪਬਲਿਕ ਨੂੰ ਐਜ਼ ਅ ਸਵੀਪ ਨੋਡਲ ਅਫਸਰ 41 ਨੰਬਰ ਉੜਮੁੜ, ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਵਿਧਾਨ ਸਭਾ ਚੋਣਾਂ ਜਿਹੜੀਆਂ 2022 ਦੇ ਵਿੱਚ 20 ਫਰਵਰੀ ਨੂੰ ਹੋਣ ਜਾ ਰਹੀਆਂ, ਉਹਦੇ ਵਿੱਚ ਮੈਂ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਕਿ ਉਹ ਵੱਧ ਤੋਂ ਵੱਧ ਜਿਹੜਾ ਹੈ, ਵੱਧ ਤੋਂ ਵੱਧ ਵੋਟ ਆਪਣੇ ਵੋਟਿੰਗ ਰਾਈਟ ਦਾ ਇਸਤੇਮਾਲ ਕਰਦਿਆਂ ਹੋਇਆਂ ਜਿਹੜਾ ਹੈਗਾ, ਇਸ ਜਿਹੜੇ ਪੋਲਿੰਗ ਬੂਥ, ਇਹਨੂੰ ਇੱਕ ਲੋਅਰ ਟਰਨ ਬੂਥਾਂ ਦੇ ਵਿੱਚ ਰੱਖਿਆ ਗਿਆ ਸੀ। ਇੱਥੇ ਮਤਦਾਨ ਘੱਟ ਹੁੰਦਾ, ਅਤੇ ਮਤਦਾਨ ਪਰਸੈਂਟੇਜ ਨੂੰ ਵਧਾਉਣ ਵਾਸਤੇ ਚੋਣ ਕਮਿਸ਼ਨ ਦੁਆਰਾ ਇੱਕ ਉਪਰਾਲਾ ਕੀਤਾ ਜਾ ਰਿਹਾ, ਜਿਹਦੇ ਅੰਡਰ ਮੈਂ ਇੱਕ ਪ੍ਰੋਗਰਾਮ ਚਲਾਇਆ, ਹਰ ਘਰ ਕਰੇ ਮਤਦਾਨ। ਉਹਦੇ ਵਿੱਚ ਮੈਂ ਹਰ ਘਰ ਦੇ ਵਿੱਚ ਜਾ ਕੇ ਡੋਰ ਟੂ ਡੋਰ ਸਾਡਾ ਕੈਂਪੇਨ ਚੱਲ ਰਿਹਾ, ਔਰ ਅਸੀਂ ਇਹ ਉਹਨਾਂ ਨੂੰ ਕਹਿ ਰਹੇ ਹਾਂ ਕਿ ਤੁਸੀਂ 20 ਫਰਵਰੀ ਨੂੰ ਜਾ ਕੇ ਵੋਟ ਜ਼ਰੂਰ ਪਾਉਣੀ ਹੈ, ਔਰ ਐਥੀਕਲੀ ਵੋਟ ਪਾਉਣੀ ਹੈ, ਸਹੀ ਕੈਂਡੀਡੇਟ ਚੁਣਨਾ, ਤਾਂ ਕਿ ਲੋਕਤੰਤਰ ਦੇ ਇਸ ਪਰਵ ਨੂੰ ਜਿਹੜਾ ਸਫਲ ਬਣਾਇਆ ਜਾ ਸਕੇ। ਥੈਂਕ ਯੂ ਸਰ। ਤਾਂ ਇਹ ਸੀ ਹਲਕਾ ਉੜਮੋ ਟਾਂਡਾ ਦੇ ਵੇਟ ਏਰੀਏ ਦੇ ਵੋਟਰਾਂ ਦਾ ਰੁਝਾਨ, ਜਿਨ੍ਹਾਂ ਨੇ ਆਪਣੀ ਸਲਾਹ ਦਿੱਤੀ ਤਾਂ ਆਪਣੇ ਸੁਝਾਓ ਦੱਸੇ, ਅਤੇ ਜਿਹੜੇ ਲੋਕ ਆਪਣੇ ਸੁਝਾਓ ਦੇਣ ਰਹਿ ਗਏ ਨੇ ਉਹ ਸਾਡੇ ਯੂਟਿਊਬ ਦੇ ਚੈਨਲ 'ਤੇ ਜਾ ਕੇ ਕਮੈਂਟ ਰਾਹੀਂ ਆਪਣੇ ਸੁਝਾਅ ਦੇ ਸਕਦੇ ਹਨ। ਪਬਲਿਕ ਸਪੋਰਟ ਨਿਊਜ਼ ਫੋਕਸ ਦੀ ਟੀਮ ਵੱਲੋਂ ਅਸੀਂ ਸਭ ਨੂੰ ਇਹੀ ਅਪੀਲ ਕਰਦੇ ਹਾਂ ਕਿ ਆਪਣਾ ਕੀਮਤੀ ਟਾਈਮ ਕੱਢ ਕੇ ਵੋਟ ਜ਼ਰੂਰ ਪਾਉਣ ਜਾਣ ਅਤੇ ਆਪਣੀ ਮਨਚਾਹੀ ਸਰਕਾਰ ਬਣਾਉਣ। ਜੈ ਹਿੰਦ, ਜੈ ਭਾਰਤ।